ਸਮਝੌਤਾ ਹੁੰਦਾ ਹੈ ਅਤੇ ਇਹ ਕਾਂਗਰਸ ਥੱਲੇ ਕਿਸ ਤਰੀਕੇ ਕਾਂਗਰਸ ਦਾ ਵਰਕਰ ਕਿਸ ਤਰੀਕੇ ਰਿਐਕਟ ਕਰੇਗਾ। ਅਤੇ ਮੇਰਾ ਖਿਆਲ ਜੇ ਉਸ ਰਾਏ ਦੇ ਮੁਤਾਬਕ ਹਾਈਕਮਾਂਡ ਕੋਈ ਫੈਸਲੇ ਲਏਗੀ ਤਾਂ ਮੈਨੂੰ ਲੱਗਦਾ ਨਹੀਂ ਵੀ ਇਹ ਗੱਠਜੋੜ ਸਿਰੇ ਚੜ੍ਹੇਗਾ। ਪਰ ਹਾਂ, ਕਿਉਂਕਿ ਇਹ ਅਫਵਾਹਾਂ ਦਾ ਬੜਾ ਜ਼ੋਰ ਆ, ਸਭ ਜਗ੍ਹਾ ਇਹ ਕਿਹਾ ਜਾ ਰਿਹਾ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਵੀ ਕੋਈ ਸੀਟ ਸ਼ੇਅਰਿੰਗ ਦਾ ਫਾਰਮੂਲਾ ਡਿਸਾਈਡ ਹੋਏ, ਪਰ ਹਾਲੇ ਤਾਈਂ ਸਟੇਟ ਯੂਨਿਟ ਨੂੰ ਕੁਛ ਕਨਵੇ ਨਹੀਂ ਹੋਇਆ। ਇਹ ਬਹੁਤ ਕਲੀਅਰ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ। ਐਮ ਪੀਜ਼ ਦੇ ਨਾਲ ਸਾਂਝੀਆਂ ਮੀਟਿੰਗਾਂ ਸਭ ਜਗ੍ਹਾ ਇੱਕੋ ਹੀ ਗੱਲ ਹੋਈ ਵੀ ਅਗਰ ਕਾਂਗਰਸ ਦੀ ਅੱਜ ਐਗਜਿਸਟੈਂਸ ਹੈ ਤਾਂ ਉਹ ਇਸ ਕਰਕੇ ਹੈ ਵੀ ਅੱਜ ਬੜੀ ਮਜ਼ਬੂਤੀ ਨਾਲ ਉਹ ਸੈਂਟਰ ਔਰ ਸਟੇਟ ਦੀਆਂ ਸਰਕਾਰਾਂ ਦੇ ਅਗੇਂਸਟ ਪੰਜਾਬ ਦਾ ਵਰਕਰ ਲੀਡਰਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਲੜ ਰਹੇ। ਹਾਲੇ ਤਾਂ ਅਸੀਂ ਕਨਵੇ ਕਰਾਂਗੇ ਔਰ ਆਖਰੀ ਟਾਈਮ ਤਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਪੰਜਾਬ ਦੇ ਵਿੱਚ ਇਸ ਅਲਾਇੰਸ ਦਾ ਭਵਿੱਖ ਨਹੀਂ ਹੈ। ਟੈਂਪਰੇਰੀ ਤੁਸੀਂ ਕੋਈ ਫਾਇਦਾ ਲੈਣਾ ਤਾਂ ਲੈ ਲਓ, ਪਰ ਲੰਬੀ ਲੜਾਈ 'ਚ ਕਾਂਗਰਸ ਪਾਰਟੀ ਦਾ ਨੁਕਸਾਨ ਹੋ ਜਾਏਗਾ। ਅਸੀਂ ਇਹ ਬਹੁਤ ਕਲੀਅਰਲੀ ਮੈਂ ਹੀ ਇਕੱਲਾ ਨਹੀਂ, ਸਾਡੀ ਕਾਂਗਰਸ ਦੇ ਜਿਹੜੇ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਲੀਡਰ ਨੇ ਤਕਰੀਬਨ ਇੱਕ ਮਤ ਕਰ ਰਹੇ ਹਾਂ ਕਿ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜਿਹੜਾ ਗੱਠਜੋੜ ਜਿਹੜਾ ਹੋਣ ਜਾ ਰਿਹਾ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਇਹ ਹਾਈ ਕਮਾਂਡ ਦੀਆਂ ਗੱਲਾਂ ਨੇ, ਸਾਨੂੰ ਤਾਂ ਜੋ ਹਾਈ ਕਮਾਂਡ ਨੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਸੰਦੇਸ਼ ਉਹਦਾ ਆਉਣਾ ਵਾ, ਉਹ ਸੰਦੇਸ਼ ਦੇ ਬੰਨੇ ਹੋਏ ਸਿਪਾਹੀ ਹਾਂ ਅਸੀਂ। ਜੋ ਸਾਡੀ ਪਾਰਟੀ ਫੈਸਲਾ ਕਰੂਗੀ, ਜੋ ਕਹੂਗੇ, ਉਹ ਕੰਮ ਲਈ ਅਸੀਂ ਹਾਜ਼ਰ ਹਾਂ ਸਾਰੇ। ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੱਧੂ ਦਾ ਜਿਹੜਾ ਇਸ ਸਮੇਂ ਆਂਕੜਾ ਚੱਲ ਰਿਹਾ, ਤੁਹਾਨੂੰ ਕੀ ਲੱਗ ਰਿਹਾ ਉਹਦੇ ਵਿੱਚ? ਇਹਨਾਂ ਦਾ ਨਾ ਝੰਡਾ ਰਿਹਾ ਨਾ ਡੰਡਾ ਰਿਹਾ। ਹੁਣ 3 ਕਰੋੜ ਲੋਕਾਂ ਨੇ, ਹੁਣ ਫਿਰ ਸਿੱਧੂ ਸਾਹਿਬ ਆ ਗਏ, ਪਹਿਲਾਂ ਬਾਜਵਾ ਸਾਹਿਬ ਸੀਗੇ, ਹੁਣ ਸਿੱਧੂ ਸਾਹਿਬ। ਇਹਨਾਂ ਦਾ ਆਪਸ ਦੇ ਵਿੱਚ ਹੀ ਨਹੀਂ ਕਾਟੋ ਕਲੇਸ਼ ਖਤਮ ਹੋਣਾ, ਇਹਨਾਂ ਨੇ ਕਿਸੇ ਲੋਕਾਂ ਦਾ ਕੀ ਸਵਾਰਨਾ ਵਾ? ਤੇ ਹੁਣ ਤਾਂ ਆਸ਼ੂ ਸਾਹਿਬ ਨੇ ਵੀ ਕਹਿਤਾ ਜੇ ਮਤਲਬ ਕਿ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਊਗਾ ਉਸ ਤੋਂ ਚੰਗਾ ਤਾਂ ਘਰ ਬਹਿਣਾ ਸਹੀ ਰਹੇ। ਇਹ ਉਹਨਾਂ ਦੇ ਆਪਣੇ ਨਿੱਜੀ ਫੈਸਲਾ ਹੋ ਸਕਦਾ, ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖਦੇ ਹੋ ਅੱਜ ਰੈਲੀ ਵੀ ਕੱਢ ਰਹੇ ਜਗਰਾਓਂ ਦੇ ਵਿੱਚ ਕਾਂਗਰਸ, ਉਹ ਹੁਣ ਲੋਕਾਂ ਦੇ ਘਰ ਬਿਠਾਏ ਹੋਏ ਬੰਦੇ, ਉਹ ਅੱਜ ਸਾਡੇ ਮੁੱਖ ਮੰਤਰੀ ਨੂੰ ਨਾ ਸੇਜ ਦੇਣ, ਅਸੀਂ ਆਪ ਹੀ ਕਰਨਾ ਜਾਣਦੇ ਹਾਂ। ਸਾਨੂੰ ਲੋਕਾਂ ਨੇ, 3 ਕਰੋੜ ਲੋਕਾਂ ਨੇ ਸਾਡੇ ਤੇ ਭਰੋਸਾ ਰੱਖ ਕੇ ਸਾਨੂੰ 92 ਮੈਂਬਰ ਚੁਣ ਕੇ ਵਿਧਾਨ ਸਭਾ 'ਚ ਭੇਜੇ ਆ। ਅਸੀਂ ਪੰਜਾਬ ਦੇ ਅਮਨ ਕਾਨੂੰਨ ਨੂੰ ਭੰਗ ਨਹੀਂ ਹੋਣ ਦੇਣਾ। ਜਿਹੜਾ ਕਰਨ ਦੀ ਕੋਸ਼ਿਸ਼ ਕਰੂਗਾ ਉਦੋਂ ਉਹਦੀ ਜਗ੍ਹਾ ਦਿਖਾਈ ਜਾਊਗੀ। ਤੇ ਆਉਣ ਵਾਲੇ ਦਿਨਾਂ 'ਚ ਜਦੋਂ ਕਰੇ ਗੱਠਜੋੜ ਦੀ ਗੱਲ ਕੀਤੀ ਜਾਂਦੀ ਹੈ, ਪੰਜਾਬ ਨੂੰ ਲੁੱਟਿਆ ਕੁੱਟਿਆ ਹੋਵੇ ਤੇ ਉਹ ਨਿਸ਼ਾਨੇ ਕਿਸੇ ਤੇ ਕੀ ਸਾਧ ਸਕਦੇ ਆ? ਨਿਸ਼ਾਨਾ ਤਾਂ ਸੱਚਾ ਬੰਦਾ ਹੀ ਸਾਧ ਸਕਦਾ। ਉਹਨਾਂ ਨਾਲ ਗੱਠਜੋੜ ਕਰੂੰਗਾ ਜਿਹਨਾਂ ਨੇ ਲੁੱਟਿਆ ਸੁੱਟਿਆ? ਨਹੀਂ, ਦੇਖੋ ਗੱਲ ਸੁਣੋ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਹੋਇਆ ਵੀ ਜੋ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ, ਜੋ ਸਾਨੂੰ ਸੰਦੇਸ਼ ਦਊਗੇ ਅਸੀਂ ਉਹਨਾਂ ਦੇ ਸਿਪਾਹੀ ਹਾਂ। ਉਹ ਤਾਂ ਗੱਲ ਠੀਕ ਹੈ, ਲੇਕਿਨ ਤਾਂ ਗੱਠਜੋੜ ਤਾਂ ਫਿਰ ਉਹਨਾਂ ਨਾਲ ਹੀ ਹੋ ਗਿਆ। ਦੇਖਦੇ ਆ ਨਾ, ਅਜੇ ਕਿਹੜਾ ਹੋ ਗਿਆ ਹੋਇਆ, ਜਦੋਂ ਹੋਊਗਾ ਉਦੋਂ ਦੇਖਾਂਗੇ, ਅਜੇ ਨਹੀਂ ਹੋਇਆ।